خاندان سیدات بلندر صلوات اللہم بسم اللہ مالک سلامت رکھے. ایسی صلوات پڑھو جو مجلس جنت دا ماحول ہو جاوے. اللہم دعا برائے ظہور امام زمان علیہ الصلوۃ والسلام. بسم اللہ الرحمن الرحیم. اللہم کن ولیک صلواتك عليه وعلى آبائه في هذه الساعة وفي كل ساعة. من سعد الليل والنهار واليوم وحافظا وقائدا وناصرا ودليلا وعينا حتیٰ تسکنہو ارض کا تاون و تمتیا ہو فیہا طویل. یا رب محمد و آل محمد زندان درد رات روکے. بسم اللہ کیا بات ہے مرشد جتھا بھاو لے جاؤ اجلے. بسم اللہ جوانی نصیب ہوئے جی. بسم اللہ دعا منگی کرو. شلہ پردے ست کیش شریف دید ہی نمر پہ. بسم اللہ مالک تواری ہے قبول فرماوے. چوتھا امام دی گربت ہے کرانا لے وہ میں ست کے تھے امام سید ہے بابا عمران کاظمی شاہ صاحب او پی آدن دھی مرے تپے کے وس دے ہوں میں او میں صدقے جاواں چوتھا امام دی گربت رون والے زندان دے در دے رات رو کے پیا آنکھیں پیر سجا دے کیڑی گل سیدہ دے مر بھین گئے اے کر چھوڑنا زندان دے وچواں پیا منگدا ہاں امداد. مرشدہ دا تیرے امام نے کوئی سونا منگائے بھائی جان کوئی چاندی منگیے کوئی دولت تا نہیں منگی میں واتا دا تاکہ نہ چھوٹے بچوں کو سمجھ آ ونجے سیدہ دے مر بھین گئے ہائے او میرا اللہ زندان دے وچواں پیا منگدا ہاں امداد. تری توجہ میرے پاس رہ ونجے سیدہ دے میں چاؤں میو او معصوم دا او کرو ہاتھ میرے آزا او بندہ امیر جندی آجا تک ہائے نہیں نکلی. بسم اللہ مرشدہ دا بسم اللہ میں نو کرم ہے ہزار دفعہ جی بابا نو کرم جی بسم اللہ بابا میں نو کرا ہزار دفعہ ہاتھ نہ جوڑ بابا میں نو کرا آدھے میں جاؤں میں میاں
ఓ మాసుమద కరో హాథ మేలే ఆజాదే ఆదె దేవ ఢేర సజా ఓ నా ఉఫ కర సామో ఓ మై భేణ దే దఫాన దే బాదే ముర్షదా మేరా తోడే తే సవాల ఏ భై జాన మే కబూల్ కే జవాబ దేవో ఓ మాతమీ ఓ ముసల్మాన హాథ ఆజాద కీతే హన్ యా గోయ నా ముర్షదా దా మరవన హాథ జుమల మే నా పణా హాథ ఉయే ఎండల రసియాన మజబూర ఐన ఓ జమానా రుద్దే హాథ నాల మే ਮਾਂ ਭੈਂਦੀ ਸਿਰਾਂ ਦੀ ਬੈਠਾ ਆ ਗਰੀਬ ਨੇ ਭੈਣ ਦਾ ਸਰ ਜਾ ਕੇ ਜੋਲੀਆ ਚ ਪਾਇਆ ਆ ਇਮਾਮ ਦੀ ਹਾਲਤ ਕਿਹੜੀ ਆ ਬੈਠਾ ਧੂਲ ਪੁੰਝੇ ਆਯੋ ਚਿਹਰੇ ਤੂੰ ਜੇ ਕੁਮਾਲਿਕ ਹੱਥ ਦੀ ਤੈਨੂੰ ਸੀਨੇ ਤੇ ਮਾਰਨ ਵਾਹ ਭਾਈ ਵਾਹ ਵਾਹ ਭਾਈ ਵਾਹ ਜੀ ਬਿਸਮਿਲ੍ਲਾ ਮੈਂ ਨੌਕਰ ਹਜ਼ਾਰ ਦਫਾ ਗਾ ਗਰੀਬ ਦੀ ਹਾਲਤ ਕਿਹੜੀ ਆ ਬੈਠਾ ਧੂਲ ਪੁੰਝੇ ਆਯੋ ਚਿਹਰੇ ਤੂੰ ਓ ਚਮ ਭੈਣ ਦਿਸ਼ਾ ਪਹਿਚਾਨੀ ਅਦ ਤੇ ਕੁ ਵਤਨ ਉਤੇ ਵਾਹ ਭਾਈ ਵਾਹ ਮੇਰਾ ਬਾਰਵਾਂ ਇਮਾਮ ਇਹਨਾਂ ਦੇ ਮਕਾਨ ਕਬੂਲ ਫਰਮਾ ਮੁਰਸ਼ਦਾਦਾ ਹੋ ਗਏ ਮੇਰੇ ਹਿੱਸੇ ਦੀ ਮੁਕਾਨ ਮੁਕੰਮਲ ਬਿਸਮਿਲ੍ਲਾ ਜਵਾਨੀ ਨਸੀਬ ਹੋਵੇ ਉਹ ਜਵਾਨੋ ਰੁੱਦੇ ਹੱਥਾਂ ਨਾਲ ਮੇਰੇ ਇਮਾਮ ਨੇ ਭੇਣ ਦਾ ਮਈਆ ਚਾਇਆ ਏ ਪੂਰਾ ਮਜ਼ਮੂਨ ਨਾ ਪੜ ਸਕਦਾ ਉਹ ਜਵਾਨੋ ਮੇਰੇ ਇਮਾਮ ਗਰੀਬਾਂ ਵਾਲੇ ਕਬਰਿਸਤਾਨ ਵਾਲੇ ਪਾਸੇ ਟੁਰ ਆਇਆ ਉਹ ਜਵਾਨੋ ਰਸਤੇ ਵਿੱਚ ਔਰਤਾਂ ਦਾ ਟੋਲਾ ਮਿਲਿਆ ਆਜਨ ਪਰਦੇਸੀ ਤੂੰ ਕੌਣ ਏ ਮੁਰਸ਼ਦਾਦਾ ਬਜ਼ੁਰਗਾਂ ਦਾ ਲਿਖੋ ਜਾ ਵੈਣੇ ਪੜ ਛੋੜਾ ਮਲੰਗ ਬਾਬਾ ਜਦਾਂ ਔਰਤਾਂ ਨੇ ਸਵਾਲ ਕੀਤਾ ਨੇ ਪਰਦੇਸੀ ਤੂੰ ਕੌਣ ਏ ਮੇਰਾ ਇਮਾਮ ਰਾਤ ਰੋ ਗਿਆ ਦਿਨ ਮੈਂ ਗੁਲਾ ਗਾ ਉਹ ਸਜਾਦਾ ਦਿਨ ਮੈਂ ਮੋਈ ਹੋਈ ਭੇੜ ਉਹ ਚਈ ਵੈਂਦਾ ਹੱਥ ਮਾਰ ਨਸੀਨੇ ਦੇ ਮੈਂ ਗੁਲਾ ਗਾ ਉਹ ਸਜਾਦਾ ਦਿਨ ਚਈ ਗੰਢੜੇ ਨਹੀਂ ਓ ਜਨਾਜ਼ਾ ਹੈ ਮੈਂ ਹਾਂ ਦੇ ਨਾਲ ਜੀ ਬਾਬਾ ਜੀ ਬਾਬਾ ਓ ਮਾਤਮੀ ਓ ਮਿੰਬਰ ਦੀ ਅਲਮਾਰ ਦੀ ਕਸਮੇ ਆ ਔਰਤਾਂ ਦੀ ਆਵਾਜ਼ ਆਉਂਦੀ ਹੈ ਪਰਦੇਸੀ ਕਦੀ ਆ ਸਾਡੇ ਇਲਾਕੇ ਚ ਹੋਣੇ ਨਾ ਮਗਰ ਕਪਨ ਤਾਂ ਸਫਾਇਦ ਹੁੰਦਾ ਹੀ ਤਾਂ ਮੈਲਾ ਚੋਲਾ ਕਿਉਂ ਹੈ ਜੇ ਮਾਤਬ ਕਰਨੇ ਤਾਂ ਮੈਂ ਲੋਲੇਗ ਰਜ ਰੁਨੇ ਮੇਰਾ ਇਮਾਮ ਤੇ ਵੈਣ ਕਰਕੇ ਆਦਾ ਬੈਠਾ ਹੈ ਮੁਸਾਫਿਰ ਮੈਂ ਓ ਮਦੀਨੇ ਦਾ ਮੈਂ ਤੇ ਇਤਨਾ ਗਰੀਬੀ ਹੈ ਕਫਨ ਦੀ ਜਾ ਮਰਹਬਾ ਮਰਹਬਾ ਜੀ ਬਾਬਾ ਨੌਕਰਾ ਓ ਮਾਤਮੀ ਹੁਸੈਨ ਲੈ ਮਿੰਬਰ ਦੀ ਅਲਮਾ ਦੀ ਕਸਮ ਹੈ ਭਾਈ ਜਾਨ ਲਿਖਾਏ ਮੇਰੇ ਪਾਸੇ ਓ ਜਵਾਨੋ ਮੇਰੇ ਇਮਾਮ ਗਰੀਬਾਂ ਲੈ ਕਬਰਿਸਤਾਨ ਚ ਆਇਆ ਆ ਮੁਰਸ਼ਦਾ ਦਾ ਖੱਟੀ ਖਟਾਈ ਕਬਰ ਮਿਲੀ ਹੈ ਮੇਰੇ ਇਮਾਮ ਨੇ ਭੇਣ ਕੋ ਦਫਨ ਕੀਤਾ ਆ ਸਜਾਦ ਇਮਾਮ ਨੇ ਕਬਰ ਦਾ ਨਿਸ਼ਾਨ ਮਿਟਾਇਆ ਆ ਹੁਣ ਮੇਰਾ ਇਮਾਮ ਉੱਠਦਾ ਹੈ ਵੱਧ ਜਾਣ ਪਾਉਂਦਾ ਆ ਉੱਠਦਾ ਹੈ ਵੱਧ ਜਾਣ ਪਾਉਂਦਾ ਆ ਬਾਕਿਰ ਸਹਾਰਾ ਲਿਤਿਆ ਦੇ ਬਾਬਾ ਜਿਹੜਾ ਔਖਾ ਕੰਮ ਕਰ ਛੋੜਾਈ ਆ ਹੁਣ ਕਿਉਂ ਉੱਠਦਾ ਹੈ ਕਿਉਂ ਜਾਣ ਪਾਉਂਦਾ ਆ ਅੱਜ ਮੇਰਾ ਲਾਲ ਇੱਕ ਦਰਦ ਹੈ ਜਿਹੜਾ ਮੇਰੇ ਸੀਨੇ ਵਿੱਚ ਆ ਜੇ ਕੋ ਮੈਂ ਕਬਰ ਦੇ ਕੰਧਾਂ ਵਿੱਚ ਰੋਸਾਂ ਜੇ ਕੋ ਮੈਂ ਮਾਸ਼ਰ ਚ ਰੋਸਾਂ ਅੱਜ ਬਾਬਾ ਕਿਹੜਾ ਦਰਦ ਆਈ ਜੇ ਕੋ ਤੂੰ ਪਿਆ ਰੋਂਦਾ ਆ ਮੇਰੇ ਇਮਾਮ ਨੇ ਵਚੜੇ ਗੁਹਾਂ ਨਾਲ ਲਾਇਆ ਭਾਈ ਜਾਨ ਤੇ ਵੈਣ ਕਰਕੇ ਆ ਦਿਨ ਕੋਈ ਕੈਦੀ ਜੋ ਮਰ ਵੰਨੇ ਉਹਦੇ ਜ਼ੇਵਰ ਲਾਹੇ ਵੇ ਮਾਤਮ ਕੋਈ ਕੈਦੀ ਕੌਮੀ ਹਜ਼ਰਾਤ ਇਹ ਹਨ ਜਨਾਬੇ ਜ਼ਵਾਰ ਮਲਿਕ ਜਾਫਰ ਰਜ਼ਾ ਰੱਟਾ ਸਾਹਿਬ ਹੁਣ ਜਨਾਬ ਦੇ ਸਾਹਮਣੇ ਜ਼ੇਬ ਇਮਰਨ ਕਾਰੀ ਉਲ ਕਸੈਦ ਸ਼ਹਿਬਾਜ਼ੇ ਕੁਸੈਦ ਉਮਰ ਸਾਹਿਬ ਆਬਰੂ ਏ ਕਸੀਦਾ ਬਹਿਰੁਲ ਮਸ ਸਾਹਿਬ ਮੁਸਵਰ ਗਮ ਅਕਾਲ ਸ਼ਿਕਰ ਬਲਾ ਸਜੀਦ ਉਲ ਜ਼ਾਕਰੀਨ ਸ਼ਹਿਬਾਜ਼